ਦਾ ਸ਼ਿੰਗਾਰ ਤੀਆਂ ਦਾ ਇਹ ਵੰਗਾ ਨੇ ਦਾਤੀਆਂ ਦਾ ਇਹ ਵੰਗਾ ਸ਼ਿੰਗਾਰ ਤੀਆਂ ਦਾ ਇਹ ਵੰਗਾ ਨੇ ਦਾਤੀਆਂ ਦਾ ਵਿੱਚ ਸ਼ਗਨਾ ਦੇ ਚਾਈ ਚਾਈ ਵਿੱਚ ਸ਼ਗਨਾ ਦੇ ਚਾਈ ਚਾਈ ਮੈਂ ਬਾਬਲ ਤੋਂ ਕਿਉਂਕਿ ਪ੍ਰੀਤ ਉਹ ਜ਼ਮੀਨ ਮੇਰੇ ਪੁੱਤ ਨਵਜੋਤ ਦੇ ਨਾਂ 'ਤੇ ਕਰਵਾ ਰਹੀ ਹੈ ਮੇਰੇ ਪੁੱਤ ਨਵਜੋਤ ਦੇ ਨਾਂ 'ਤੇ ਕਰਵਾ ਰਹੀ ਹੈ ਮੇਰੇ ਪੁੱਤ ਨਵਜੋਤ ਦੇ ਨਾਂ 'ਤੇ ਕਰਵਾ ਰਹੀ ਹੈ ਅਤੇ ਨਵਜੋਤ ਉਸ ਜ਼ਮੀਨ 'ਤੇ ਬਹੁਤ ਛੇਤੀ ਫੈਕਟਰੀ ਲਾਉਣ ਜਾ ਰਿਹਾ ਅੱਛਾ ਜੀ ਧਮਕੀ ਤੂੰ ਐਂ ਕਰ ਪਹਿਲਾਂ ਕਰਾਟੇ ਆਉਣ ਦੇਖਦੇ ਹਾਂ ਤੇਰੇ ਕਰਾਟੇ ਜਿੱਤਦੇ ਹਾਂ ਜਾਂ ਫਿਰ ਮਿੱਤਰਾਂ ਦਾ ਦੇਸੀ ਸਟਾਈਲ ਤੈਨੂੰ ਮੈਂ ਗੱਲ ਤੂੰ ਆ ਜਾ ਤੇਰੀ ਧੌਣ ਤੇ ਇੱਕ ਕਰਾਟਾ ਪਿਆ ਨਾ ਬੇਟਾ ਤੂੰ ਤੇਰੀ ਧੌਣ ਫੜ ਕੇ ਉੱਥੇ ਜਾਣੀ ਹੈ ਤੂੰ ਆਈ ਜਾ ਆ ਜਾ ਨਵਜੋਤ 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 ਠੀਕ ਹੈ ਗੁੱਡ ਤਾਂ ਫਿਰ ਨਵਜੋਤ ਸਰ ਨੂੰ ਵੀ ਫੋਨ ਕਰ ਦਿਓ ਉਹ ਵੀ ਆ ਕੇ ਦੇਖ ਲੈਣਗੇ ਜੇ ਉਹਨਾਂ ਨੂੰ ਪਸੰਦ ਆਉਂਦਾ ਤਾਂ ਆਪਾਂ ਅੱਗੇ ਕੰਮ ਸ਼ੁਰੂ ਕਰੀਏ ਸਰ ਕੀ ਸੋਚ ਰਹੇ ਹੋ ਜੇ ਤੁਹਾਨੂੰ ਆ ਡਿਟੇਲਿੰਗ ਸਹੀ ਨਹੀਂ ਲੱਗ ਰਹੀ ਤਾਂ ਮੈਂ ਇੱਕ ਹੋਰ ਡਰਾਫਟ ਤਿਆਰ ਕਰ ਲੈਂਦੀ ਹਾਂ ਨਹੀਂ ਨਹੀਂ ਪ੍ਰੋਜੈਕਟ ਤਾਂ ਇੱਕਦਮ ਅਕੋਰਡਿੰਗ ਟੂ ਪਲਾਨ ਹੈ ਦਰਅਸਲ ਗੱਲ ਇਹ ਕਿੱਟੀ ਕੀ ਜਦੋਂ ਦਾ ਮੈਂ ਨਵਜੋਤ ਨੂੰ ਜ਼ਮੀਨ ਲਈ ਮਨਾ ਕੀਤਾ ਹੈ ਨਾ ਮੇਰੀ ਉਸ ਨਾਲ ਗੱਲ ਨਹੀਂ ਹੋਈ ਅਤੇ ਨਾ ਹੀ ਕਦੇ ਉਹਨੇ ਮੈਨੂੰ ਫੋਨ ਕੀਤਾ ਤਾਂ ਸਰ ਤੁਸੀਂ ਉਹਨਾਂ ਨੂੰ ਫੋਨ ਕਰ ਲਓ ਮੈਨੂੰ ਤਾਂ ਲੱਗਦਾ ਉਹ ਕੋਈ ਹੋਰ ਜ਼ਮੀਨ ਦੇਖਣ 'ਚ ਬਿਜ਼ੀ ਹੋਣੇ ਉਸਨੇ ਮੇਰਾ ਫੋਨ ਕੱਟਤਾ ਕਿੱਟੀ ਮੈਨੂੰ ਲੱਗਦਾ ਹੈ ਕਿ ਨਵਜੋਤ ਮੇਰੇ ਨਾਲ ਨਾਰਾਜ਼ ਹੈ ਵਰਨਾ ਹੋਰ ਕੀ ਗੱਲ ਹੋ ਸਕਦੀ ਗੱਲ ਕੀ ਹੋਣੀ ਆ ਮਿੱਤਰਾ ਮੈਂ ਇੱਥੇ ਬਾਹਰ ਹੀ ਸੀਗਾ ਸੋਚਿਆ ਕਾਲ ਕਾਹਤੋਂ ਅਟੈਂਡ ਕਰਨੀ ਹੈ ਗੱਲਾਂ ਤਾਂ ਅੰਦਰ ਜਾ ਕੇ ਹੋ ਜਾਣੀਆਂ ਆਈ ਮਿਸ ਕਿੱਟੀ ਹਾਏ ਨਵਜੋਤ ਸੌਰੀ ਯਾਰ ਮੈਂ ਉਹ ਜ਼ਮੀਨ ਦਾ ਕੁਛ ਨਹੀਂ ਕਰ ਪਾਇਆ ਲੋੜ ਵੀ ਨਹੀਂ ਹੈਗੀ ਹੁਣ ਕਿਉਂਕਿ ਆਪਾਂ ਨੇ ਉਹ ਜ਼ਮੀਨ ਖਰੀਦ ਲਈ ਹੈ ਜ਼ਮੀਨ ਖਰੀਦ ਲਈ ਪਰ ਕਿਵੇਂ ਏਦਾਂ ਹੀ ਆ ਤੂੰ ਕੀ ਸੋਚਿਆ ਜੇ ਮੈਂ ਕੈਨੇਡਾ ਰਹਿਣ ਲੱਗ ਗਿਆ ਸੀ ਤਾਂ ਆਪਣੀ ਜਾਣ ਪਛਾਣ ਘੱਟ ਗਈ ਇੱਥੇ ਪਰ ਨਵਜੋਤ ਪਤਾ ਤਾਂ ਲੱਗੇ ਵੀ ਜ਼ਮੀਨ ਖਰੀਦੀ ਕਿਵੇਂ ਆ ਉਹ ਐਕਚੁਅਲੀ ਡੈਡੀ ਤੇ ਕਰਨ ਇੱਕ ਦੂਜੇ ਨੂੰ ਜਾਣਦੇ ਸੀਗੇ ਤੇ ਡੈਡ ਨੂੰ ਪਤਾ ਸੀ ਕਿ ਕਰਨ ਨੇ ਆਪਣੀ ਜ਼ਮੀਨ ਕਿਹਨੂੰ ਦਿੱਤੀ ਹੋਈ ਆ ਬਸ ਫਿਰ ਕੀ ਡੈਡੀ ਨੇ ਆਪਣੇ ਕੰਟੈਕਟ ਯੂਜ਼ ਕੀਤੇ ਤੇ ਜ਼ਮੀਨ ਆਪਣੀ ਦੈਟਸ ਇਟ ਨਵਜੋਤ
ਤੂੰ ਮੇਰੀ ਗੱਲ ਦਾ ਸਹੀ ਜਵਾਬ ਨਹੀਂ ਦੇ ਰਿਹਾ। ਦੇਖ ਕਰਨ ਮੇਰਾ ਬੈਸਟ ਫਰੈਂਡ ਹੈ, ਓਕੇ, ਤੇ ਮੈਨੂੰ ਹੀ ਨਹੀਂ ਪਤਾ ਕਿ ਕਰਨ ਜ਼ਮੀਨ ਕਿਸ ਨੂੰ ਦੇਖ ਗਿਆ। ਘੱਟੋ ਘੱਟ ਤੂੰ ਤਾਂ ਦੱਸਦੇ ਯਾਰ। ਦੇਖ ਯਾਰ, ਜਿਹੜੀ ਵਿਚਾਲੇ ਵਾਲੀ ਗੱਲ ਆ ਤਾਂ ਮੈਨੂੰ ਵੀ ਨਹੀਂ ਪਤਾ, ਪਰ ਹੋਣਾ ਕੋਈ ਆਪਾਂ ਨੂੰ ਕੀ, ਜ਼ਮੀਨ ਤੋਂ ਮਤਲਬ ਸੀ ਆਪਾਂ ਨੂੰ, ਜ਼ਮੀਨ ਮਿਲ ਗਈ। ਐਵੇਂ ਟੈਨਸ਼ਨ ਨਾ ਲੈ ਹੁਣ ਤੋਂ, ਤੂੰ ਆਪਣਾ ਕੰਮ ਸੰਭਾਲ ਚੰਗੀ ਤਰ੍ਹਾਂ। ਆ ਦੇਖੋ ਸਾਡੇ ਵੱਲੋਂ ਵੀ ਤੁਹਾਡਾ ਕੰਮ ਬਿਲਕੁਲ ਰੈਡੀ ਹੈ। ਓ ਗ੍ਰੇਟ, ਗੁੱਡ ਯਾਰ, ਗੁੱਡ ਗੁੱਡ, ਆਈ ਐਮ ਇੰਪ੍ਰੈਸਡ ਨਾ। ਦੇਖੋ ਵਨ, ਕੌਣ ਹੋ ਸਕਦਾ ਹੈ ਜਿਸ ਨੂੰ ਕਰਨ ਆਪਣੀ ਜ਼ਮੀਨ ਦੇ ਕੇ ਗਿਆ। ਪਤਾ ਤੇ ਕਰਨਾ ਹੀ ਪਏਗਾ। ਵੈਸੇ ਪ੍ਰੀਤ, ਤੂੰ ਬੜਾ ਚੰਗਾ ਕੀਤਾ ਧਰਮਵੀਰ ਨੂੰ ਸਭ ਕੁਛ ਦੱਸ ਕੇ, ਹੁਣ ਉਹਨਾਂ ਨੇ ਆਪੇ ਸਾਰੀ ਗੱਲ ਸੰਭਾਲ ਲੈਣੀ ਆ। ਬਾਪੂ ਆ ਜੀ, ਉਹਨਾਂ ਨੂੰ ਜ਼ਮੀਨ ਦੇਖ ਕੇ ਇੱਦਾਂ ਲੱਗ ਰਿਹਾ ਜਿੱਦਾਂ ਮੇਰੇ ਸਿਰੋਂ ਬਹੁਤ ਵੱਡਾ ਬੋਝ ਉਤਰ ਗਿਆ ਹੋਵੇ। ਕਰਨ ਦੀ ਜ਼ਮੀਨ ਨੇ ਤਾਂ ਮੇਰੀ ਜ਼ਿੰਦਗੀ 'ਚ ਤੂਫਾਨ ਹੀ ਮਚਾਤਾ ਸੀ। ਜੇ ਤੂੰ ਇੰਨਾ ਹਲਕਾ ਮਹਿਸੂਸ ਕਰ ਰਹੀ ਹੈ ਤਾਂ ਤੇਰੀਆਂ ਅੱਖਾਂ ਵਿੱਚ ਹੰਝੂ ਕਿਉਂ ਨੇ? ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ। ਮੈਂ ਖੁਸ਼ ਹਾਂ ਭੂਆ ਜੀ, ਖੁਸ਼ੀ ਦੇ ਨਾਲ ਵੀ ਤਾਂ ਹੰਝੂ ਨਿਕਲ ਹੀ ਆਉਂਦੇ। ਹਾਂ ਨਿਕਲ ਆਉਂਦੇ ਨੇ, ਪਰ ਤੇਰੇ ਹੰਝੂ ਖੁਸ਼ੀ ਵਾਲੇ ਨਹੀਂ, ਹੈ ਤਾਂ ਕਿਸੇ ਨੂੰ ਯਾਦ ਕਰਕੇ ਬਹਿ ਰਹੇ ਨੇ। ਭੂਆ ਜੀ ਇੱਦਾਂ ਦੀ ਕੋਈ ਗੱਲ ਨਹੀਂ ਹੈ। ਚਲੀਏ, ਮੇਰੇ ਤੋਂ ਲੁਕੋ ਰਹੀ ਹੈ, ਮੇਰਾ ਤਾਂ ਇੰਨਾ ਹੰਝੂ ਨਾਲ ਬੜਾ ਪੁਰਾਣਾ ਰਿਸ਼ਤਾ ਹੈ। ਪਤਾ ਨਹੀਂ ਮੈਂ ਇਹਨਾਂ ਨੂੰ ਯਾਦ ਕਰਕੇ ਕਿੰਨੀ ਵਾਰ ਰੋਂਦੀ ਰਹਿੰਦੀ ਹਾਂ। ਸੱਚੀ ਦੱਸ, ਤੈਨੂੰ ਕਰਨ ਦੀ ਯਾਦ ਆ ਰਹੀ ਹੈ ਨਾ? ਹਾਂ ਭੂਆ ਜੀ, ਅੱਜ ਪਤਾ ਨਹੀਂ ਕਿਉਂ ਉਹਦੀ ਬਹੁਤ ਯਾਦ ਆ ਰਹੀ। ਆਖਿਰ ਮੈਂ ਉਹਦੇ ਨਾਲ ਸਾਰੀ ਜ਼ਿੰਦਗੀ ਕੱਟਣ ਦੇ ਸੁਪਨੇ ਵੇਖੇ ਸੀ। ਅੱਜ ਭਾਵੇਂ ਉਹ ਸੁਪਨੇ ਟੁੱਟ ਗਏ ਹੋਣ, ਪਰ ਉਹਨਾਂ ਟੁੱਟੇ ਹੋਏ ਸੁਪਨਿਆਂ ਕਰਕੇ ਵੀ ਮੈਨੂੰ ਕਰਨ ਬਹੁਤ ਯਾਦ ਆ ਰਿਹਾ। ਬਸ ਕਰ ਪ੍ਰੀਤ, ਕਿਤੇ ਕੋਈ ਉਮਰ ਭਰ ਦਾ ਰੋਗ ਨਾ ਲਵਾ ਦੇ। ਨਹੀਂ ਨਹੀਂ ਭੂਆ ਜੀ, ਇੰਨੀ ਇਮੋਸ਼ਨਲ ਨਹੀਂ ਹਾਂ ਮੈਂ, ਪਰ ਇਹ ਜ਼ਮੀਨ ਮੇਰੇ ਨਾ ਹੋਣ ਕਰਕੇ ਕਿਤੇ ਨਾ ਕਿਤੇ ਕਰਨ ਦੀਆਂ ਯਾਦਾਂ ਦੇ ਨਾਲ ਵੀ ਮੈਂ ਜੁੜੀ ਹੋਈ ਸੀ। ਹੁਣ ਇਹ ਜ਼ਮੀਨ ਦਾ ਬੋਝ ਉਤਰ ਗਿਆ ਨਾ, ਤਾਂ ਹੋ ਸਕਦਾ ਕਿ ਹੁਣ ਕਰਨ ਦੀ ਯਾਦ ਵੀ ਨਾ ਆਵੇ। ਮੈਂ ਤਾਂ ਧਰਮ ਚਾਚਾ ਜੀ ਨੂੰ ਕਹਿਤਾ, ਛੇਤੀ ਤੋਂ ਛੇਤੀ ਇਹ ਜ਼ਮੀਨ ਨਵਜੋਤ ਦੇ ਨਾ ਕਰੋ ਤੇ ਮੈਨੂੰ ਵੇਲਾ ਕਰੋ। ਇਹ ਤਾਂ ਤੂੰ ਚੰਗਾ ਕੀਤਾ, ਨਾਲੇ ਤੇਰੇ ਇਸ ਫੈਸਲੇ ਕਰਕੇ ਨਵਜੋਤ ਹੀ ਬੜਾ ਖੁਸ਼ ਹੈ, ਉਹਨੂੰ ਤਾਂ ਜ਼ਮੀਨ ਚਾਹੀਦੀ ਸੀ। ਪਰ ਭੂਆ ਜੀ, ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, ਇਸ ਜ਼ਮੀਨ ਦੇ ਵਿੱਚ ਇਹੋ ਜਿਹਾ ਕਿਹੜਾ ਜਾਦੂ ਹੈ? ਹਰ ਕੋਈ ਘੁੰਮ ਫਿਰ ਕੇ ਇਸੇ ਜ਼ਮੀਨ ਦੇ ਮਗਰ ਪੈ ਜਾਂਦਾ। ਤੂੰ ਛੱਡਣਾ ਇਹਨਾਂ ਗੱਲਾਂ ਨੂੰ, ਤੂੰ ਕੀ ਲੈਣਾ ਦੇਣਾ? ਇਹ ਸੋਚ ਸੋਚ ਕੇ ਆਪਣੀ ਤਬੀਅਤ ਖਰਾਬ ਕਰੇਂਗੀ, ਤੂੰ ਖੁਸ਼ ਰਿਹਾ ਕਰ।
ਠੀਕ ਕਹਿ ਰਹੇ ਹੋ ਤੁਸੀਂ, ਪਰ ਮੈਨੂੰ ਇੱਕ ਗੱਲ ਦੀ ਬਹੁਤ ਖੁਸ਼ੀ ਹੈ, ਕਿਸੇ ਨੂੰ ਇਹ ਨਹੀਂ ਪਤਾ ਲੱਗਿਆ ਕਿ ਇਹ ਜ਼ਮੀਨ ਮੇਰੇ ਨਾਂ ਤੇ ਸੀ। ਤੇ ਪਤਾ ਲੱਗਣਾ ਵੀ ਨਹੀਂ, ਧਰਮਵੀਰ ਜੀ ਨੇ ਸਭ ਠੀਕ ਕਰ ਦੇਣਾ। ਪਾਪਾ ਤੁਸੀਂ ਕੁਛ ਬੋਲਦੇ ਕਿਉਂ ਨਹੀਂ, ਆਖਿਰ ਸੱਚ ਕੀ ਹੈ? ਉਹ ਕੌਣ ਹੈ ਵੀ ਜਿਸਦੇ ਨਾਮ ਕਰਨ ਜ਼ਮੀਨ ਵਾ ਕੇ ਗਿਆ ਤੇ ਉਸਨੇ ਮੈਨੂੰ ਦੱਸਿਆ ਵੀ ਨਹੀਂ? ਤੂੰ ਕੀ ਲੈਣਾ ਯਾਰ, ਤੂੰ ਚਾਹੁੰਦਾ ਸੀ ਨਾ ਕਿ ਉਹ ਜ਼ਮੀਨ ਨਵਜੋਤ ਨੂੰ ਮਿਲੇ, ਉਹ ਮਿਲ ਹੀ ਰਹੀ ਹੈ ਨਾ, ਬਸ ਫਿਰ। ਨਹੀਂ ਪਾਪਾ, ਮੈਂ ਪਹਿਲਾਂ ਵੀ ਕਹਿੰਦਾ ਸੀ ਤੇ ਹੁਣ ਵੀ ਕਹਿ ਰਿਹਾ ਵੀ ਕੁਛ ਤਾਂ ਹੈ ਜੋ ਮੇਰੇ ਤੋਂ ਲੁਕਾਇਆ ਜਾ ਰਿਹਾ ਤੇ ਹੁਣ ਮੈਂ ਉਹ ਪਤਾ ਕਰਕੇ ਰਹਾਂ। ਬਈ ਜੇ ਕੁਝ ਹੁੰਦਾ ਤਾਂ ਮੈਂ ਤੈਨੂੰ ਪਹਿਲਾਂ ਹੀ ਦੱਸ ਦਿੰਦਾ। ਕੋਈ ਗੱਲ ਨਾ ਪਾਪਾ, ਜੇ ਤੁਹਾਨੂੰ ਨਹੀਂ ਪਤਾ ਤਾਂ ਮੈਂ ਦੀਨ ਦਿਆਲ ਤੋਂ ਪੁੱਛ ਲਵਾਂਗਾ, ਮੈਂ ਦੀਨ ਦਿਆਲ ਤੋਂ ਪੁੱਛ ਲਵਾਂਗਾ, ਮੈਂ ਦੀਨ ਦਿਆਲ ਤੋਂ ਪੁੱਛ ਲਵਾਂਗਾ, ਮੈਂ ਦੀਨ ਦਿਆਲ ਤੋਂ ਪੁੱਛ ਲਵਾਂਗਾ। ਉਸਨੂੰ ਤਾਂ ਇਸ ਜ਼ਮੀਨ ਵਿੱਚ ਕਾਫੀ ਇੰਟਰਸਟ ਸੀ, ਉਸਨੂੰ ਤਾਂ ਪੱਕਾ ਪਤਾ ਹੋਣਾ ਵੀ ਇਹ ਜ਼ਮੀਨ ਕਿਸ ਕੋਲ ਤੇ ਕਿਵੇਂ ਗਈ। ਤੂੰ ਦੀਨ ਦਿਆਲ ਹੋਰਾਂ ਕੋ ਨਹੀਂ ਜਾਏਗਾ, ਤੂੰ ਦੀਨ ਦਿਆਲ ਹੋਰਾਂ ਕੋ ਨਹੀਂ ਜਾਏਗਾ, ਤੂੰ ਦੀਨ ਦਿਆਲ ਹੋਰਾਂ ਕੋ ਨਹੀਂ ਜਾਏਗਾ, ਤੂੰ ਦੀਨ ਦਿਆਲ ਹੋਰਾਂ ਕੋ ਨਹੀਂ ਜਾਏਗਾ। ਤੇ ਫਿਰ ਤੁਸੀਂ ਦੱਸ ਦਿਓ ਮੈਂ ਕਿਹਾ ਨਾ ਮੈਨੂੰ ਕੁਝ ਨਹੀਂ ਪਤਾ। ਠੀਕ ਹੈ ਪਾਪਾ, ਫਿਰ ਮੈਂ ਆਪੇ ਪਤਾ ਕਰ ਲਵਾਂਗਾ। ਮੈਂ ਤੈਨੂੰ ਇੱਕ ਵਾਰ ਫਿਰ ਕਹਿ ਰਿਹਾ ਦਰ, ਤੂੰ ਦੀਨ ਦਿਆਲ ਹੋਰਾਂ ਕੋ ਨਹੀਂ ਜਾਏਗਾ। ਮੈਂ ਜਾਵਾਂਗਾ, ਜ਼ਰੂਰ ਜਾਵਾਂਗਾ ਤੇ ਅੱਜ ਹੀ ਜਾਵਾਂਗਾ। ਤੇ ਜਾ ਫਿਰ, ਕਰ ਲੈ ਆਪਣੇ ਮਨ ਦੀ, ਤੇਰੇ ਲਈ ਤੇਰਾ ਪਿਓ ਤਾਂ ਕੁਛ ਵੀ ਨਹੀਂ ਨਾ, ਹਰ ਵਾਰ ਆਪਣੇ ਮਨ ਦੀ ਕਰਦਾ ਤੂੰ, ਅੱਜ ਵੀ ਜਾ, ਪਰ ਯਾਦ ਰੱਖੀ ਅੱਜ ਤੋਂ ਬਾਅਦ ਤੂੰ ਮੇਰੇ ਨਾਲ ਕੋਈ ਗੱਲ ਨਹੀਂ ਕਰੇਗਾ। ਪਾਪਾ, ਆਖਿਰ ਉਹ ਐਸਾ ਕਿਹੜਾ ਰਾਜ਼ ਹੈ ਵੀ ਜਿਸ ਦੇ ਖੁੱਲਣ ਤੋਂ ਤੁਸੀਂ ਇੰਨਾ ਡਰ ਰਹੇ ਹੋ? ਕੁਛ ਵੀ ਹੋਵੇ, ਹੁਣ ਤੈਨੂੰ ਕੀ ਹੈ, ਹੁਣ ਨਾ ਗੱਲ ਕਰੀ ਮੇਰੇ ਨਾਲ ਪਲੀਜ਼। ਪਾਪਾ, ਇੱਦਾਂ ਹੋ ਸਕਦਾ ਹੈ ਵੀ ਮੈਂ ਤੁਹਾਡੇ ਨਾਲ ਗੱਲ ਨਾ ਕਰਾਂ? ਪਰ ਤੂੰ ਮੇਰੀ ਗੱਲ ਮੰਨਦਾ ਵੀ ਤਾਂ ਨਹੀਂ ਨਾ, ਪਤਾ ਨਹੀਂ ਤੂੰ ਕਿਉਂ ਇੰਨਾ ਜ਼ਿੱਦੀ ਹੋ ਗਿਆ ਬੇਟਾ। ਹੋਰ ਤਾਂ ਹੋਰ, ਤੂੰ ਤਾਂ ਆਪਣੇ ਪਿਓ ਨਾਲ ਇੱਜ਼ਤ ਕਰੀ ਬੈਠਾ, ਤੈਨੂੰ ਤਾਂ ਹੁਣ ਮੇਰੇ ਤੇ ਯਕੀਨ ਹੀ ਨਹੀਂ ਰਿਹਾ। ਭਲਾ ਬੇਟਾ, ਮੈਂ ਤੇਰਾ ਕਦੇ ਕੋਈ ਬੁਰਾ ਸੋਚ ਸਕਦਾ? ਪਰ ਠੀਕ ਹੈ ਬੇਟਾ, ਜੋ ਵੀ ਕੁਛ ਕਰਨਾ ਚਾਹੁੰਦਾ ਕਰ, ਮੈਂ ਅੱਜ ਤੋਂ ਬਾਅਦ ਤੈਨੂੰ ਕੁਛ ਵੀ ਨਹੀਂ ਕਹਾਂਗਾ। ਜਿਉ ਬੇਟਾ ਜਿਵੇਂ ਤੂੰ ਜਿਉਣਾ ਚਾਹੁੰਦਾ। ਪਲੀਜ਼ ਪਾਪਾ, ਮੈਂ ਅੱਜ ਤੋਂ ਬਾਅਦ ਤੁਹਾਨੂੰ ਇਸ ਬਾਰੇ ਕਦੇ ਨਹੀਂ ਪੁੱਛਾਂਗਾ, ਤੁਸੀਂ ਆਪਣਾ ਗੁੱਸਾ ਠੰਡਾ ਕਰੋ। ਤਾਂ ਫਿਰ ਤੂੰ ਮੇਰੀ ਸੌਂਖਾ ਬੇਟਾ ਕਿ ਤੂੰ ਦੀਨ ਦਿਆਲ ਹੋਰ ਕੋ ਨਹੀਂ ਜਾਏਗਾ, ਉਹ ਬਹੁਤ ਗਲਤ ਆਦਮੀ ਨੇ ਬੇਟਾ।
ਆਪਣੇ ਫਾਇਦੇ ਲਈ ਉਹ ਕੁਛ ਵੀ ਕਰ ਸਕਦੇ ਨੇ ਤੇ ਮੈਂ ਨਹੀਂ ਚਾਹੁੰਦਾ ਕਿ ਮੇਰਾ ਪੁੱਤ ਕਿਸੇ ਵੀ ਮੁਸੀਬਤ ਵਿੱਚ ਫਸੇ। ਮੇਰੇ ਨਾਲ ਵਾਦਾ ਕਰ ਬੇਟਾ ਕਿ ਤੂੰ ਦੀਨ ਦਿਆਲ ਹੋਰਾਂ ਕੋਲ ਨਹੀਂ ਜਾਏਗਾ। ਵਾਦਾ ਕਰ। ਮੈਂ ਵਾਦਾ ਕਰਦਾ ਪਾਪਾ ਕਿ ਮੈਂ ਨਹੀਂ ਜਾਵਾਂਗਾ। ਤੇ ਇੱਕ ਵਾਦਾ ਹੋਰ ਕਰ ਬੇਟਾ, ਅੱਜ ਤੋਂ ਬਾਅਦ ਤੂੰ ਇਸ ਜ਼ਮੀਨ ਦੀ ਗੱਲ ਕਦੇ ਵੀ ਨਹੀਂ ਕਰੇਗਾ, ਕਦੇ ਵੀ ਨਹੀਂ। ਨਹੀਂ ਕਰਾਂਗਾ। ਬੇਬੇ ਕੁੜੇ, ਬੇਬੇ ਪਤਾ ਨੀ ਕਿਹੜੀ ਖੁੱਡ ਚ ਬੜੀ ਰਹਿੰਦੀ ਅੱਜ ਕੱਲ ਕੁੜੇ, ਬਾਹਰ ਆ ਛੇਤੀ। ਹੈਂ, ਘਰ ਚ ਕੋਈ ਹੈ ਹੀ ਨਹੀਂ, ਪਤਾ ਨੀ ਕਿੱਥੇ ਤੁਰ ਗਏ। ਬੇਬੇ ਨੀ ਹੁਣ ਆ ਵੀ ਜਾ। ਕੀ ਗੱਲ ਸੰਤੋ, ਅੱਗੇ ਤਾਂ ਮੇਰੇ ਨਾਂ ਦਾ ਹੌਕਾ ਲੈ ਲੈ ਕੇ ਸੰਗ ਪੜਵਾ ਲਿਆ ਕਰਦੀ ਸੀ ਤੇ ਅੱਜ ਤੈਨੂੰ ਭੂਆ ਜ਼ਿਆਦਾ ਪਿਆਰੀ ਹੋ ਗਈ। ਇਹੋ ਜਿਹੀ ਗੱਲ ਨੀ ਸ਼ਿਬੋ, ਬੇਬੇ ਨਾਲ ਜਾਣੀ ਮੇਰਾ ਜੀਜਾ ਲੱਗ ਜਾਂਦਾ, ਉਹਦੀਆਂ ਗੱਲਾਂ ਮੈਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ। ਅੱਛਾ, ਨਾ ਮੈਂ ਤੈਨੂੰ ਦੰਦੀਆਂ ਵੱਢਦੀਆਂ ਹੈਂ? ਓਹੋ, ਤੇਰੇ ਨਾਲ ਕਿਹੜਾ ਮੇਰੀ ਸਾਂਝ ਟੁੱਟ ਗਈ। ਜਿੰਨੀ ਦੇਰ ਬੇਬੇ ਇੱਥੇ ਹੈ ਮੈਂ ਉਹਨੂੰ ਮਖੌਲ ਜਿਹਾ ਕਰ ਲੈਂਦੀ ਹਾਂ। ਮੈਂ ਵੀ ਤਾਂ ਤੈਨੂੰ ਮਖੌਲ ਹੀ ਕਰ ਰਹੀ ਸੀ। ਅੱਛਾ ਦੱਸ, ਕਿਵੇਂ ਆਉਣਾ ਹੋਇਆ? ਲੈ, ਤੂੰ ਤਾਂ ਕੁਛ ਦੱਸਿਆ ਹੀ ਨਹੀਂ ਕੁੜੇ, ਮੈਂ ਸੋਚਿਆ ਆਪ ਹੀ ਪੁੱਛਿਆ ਵਾ। ਕੀ ਦੱਸਣਾ ਸੀ, ਕਾਹਦੇ ਬਾਰੇ? ਆਹੀ ਪਿੰਕੀ ਦੇ ਵਿਆਹ ਬਾਰੇ। ਨਾ ਹੋਰ ਮੈਂ ਤੈਨੂੰ ਘਰ ਦੀਆਂ ਗੱਲਾਂ ਪੁੱਛਣੀਆਂ ਸੀ, ਤੁਸੀਂ ਤਾਂ ਕੁਛ ਦੱਸਿਆ ਹੀ ਨਹੀਂ। ਉਹਦੇ ਬਾਰੇ ਕੀ ਦੱਸਦੇ, ਪਹਿਲਾਂ ਤਿਆਰੀਆਂ ਸ਼ਿਆਰੀਆਂ ਤਾਂ ਕਰ ਲਈਏ। ਲੈ, ਤਿਆਰੀਆਂ ਸ਼ਿਆਰੀਆਂ ਕਰਨ ਨੂੰ ਕਿਹੜਾ, ਤੂੰ ਦਰੀਆਂ ਬੁਣੀਆਂ ਸੀ ਕੁੜੀ ਦੇ ਦਾਜ ਲਈ, ਨੀ ਆਪੇ ਹੋ ਜੂ ਸਭ ਕੁਛ। ਨੀ ਮੈਂ ਵੀ ਤਾਂ ਇਹੀ ਕਹਿੰਦੀ ਇਹਨਾਂ ਨੂੰ, ਪਰ ਇਹਨਾਂ ਦੇ ਕੰਨ 'ਚ ਤਾਂ ਜੂੰ ਨਹੀਂ ਸਰਕਦੀ। ਪਤਾ ਨਹੀਂ ਕਿਹੜੀ ਗੱਲ ਦਾ ਇੰਤਜ਼ਾਰ ਕਰੀ ਜਾਂਦੇ ਨੇ, ਕੁੜੀ ਅੱਗੇ ਗੱਲ ਹੀ ਨਹੀਂ ਤੋੜਦੇ। ਓਹੋ ਭੂਆ, ਤੈਨੂੰ ਤਾਂ ਸਾਰੀ ਗੱਲ ਦਾ ਪਤਾ ਹੈ। ਤੂੰ ਗੁਰਮੀਤ ਆਵੇ ਤਾਂ ਗੱਲ ਕਰਾਂ ਨਾ। ਓਹੋ, ਇਹ ਗੱਲਾਂ ਜਨਾਨੀਆਂ ਦੇ ਕਰਨ ਦੀਆਂ ਨਹੀਂ ਹੁੰਦੀਆਂ। ਤੂੰ ਬਲਰਾਜ ਨੂੰ ਕਹਿ ਵੀ ਧਰਮ ਸਿੰਘ ਨਾਲ ਜਾ ਕੇ ਵਿਆਹ ਦੀ ਗੱਲ ਪੱਕੀ ਕਰੇ। ਲੈ, ਤੁਹਾਡਾ ਬੇੜਾ ਕਰਜੇ। ਅਜੇ ਵਿਆਹ ਦੀ ਤਰੀਕ ਹੀ ਨੀ ਪੱਕੀ ਕਰੀ, ਮੈਂ ਤਾਂ ਕਿਹਾ ਕਿਤੇ ਮੈਨੂੰ ਕਾਰਡ ਦੇਣਾ ਭੁੱਲ ਗਏ। ਲੈ ਦੇਖਿਆ ਸ਼ਿਬੋ, ਸੁਣ ਲੈ ਇਹਦੀ ਗੱਲ, ਹੁਣ ਪਿੰਡ ਵਿੱਚ ਵੀ ਵਿਆਹ ਦੀਆਂ ਗੱਲਾਂ ਸ਼ੁਰੂ ਹੋ ਜਾਣਗੀਆਂ। ਤੂੰ ਬਲਰਾਜ ਨੂੰ ਕਹਿ ਵੀ ਛੇਤੀ ਛੇਤੀ ਵਿਆਹ ਦੀ ਤਰੀਕ ਪੱਕੀ ਕਰ ਲੇ। ਠੀਕ ਹੈ ਭੂਆ, ਮੈਂ ਹਜੇ ਇਹਨਾਂ ਨਾਲ ਗੱਲ ਕਰਦੀ ਹਾਂ। ਲੈ ਕਰ ਲੈ ਗੱਲ, ਮੈਂ ਤਾਂ ਫਿਰ ਕਾਰਡ ਲੈਣੇ ਆ। ਤੈਨੂੰ ਕੋਈ ਬੁਲਾਵੇ ਨਾ ਬੁਲਾਵੇ, ਤੂੰ ਇੱਥੇ ਕਾਰਡ ਲੈਣ ਆ ਗਈ ਹੈ ਨਾ। ਉਹ ਬੇਬੇ, ਨੇਰੀ ਮੀਂਹ ਤੇ ਤਾਂ ਸੰਤਾਂ ਨੂੰ ਬੁਲਾਉਣ ਦੀ ਲੋੜ ਹੀ ਨਹੀਂ ਪੈਂਦੀ, ਉਹ ਤਾਂ ਆਪੇ ਆ ਜਾਂਦੇ ਨੇ। ਫਰਕ ਸਿਰਫ ਇੰਨਾ ਹੈ ਵੀ ਮੀਂਹ ਨੇਰੀ ਕੰਮ ਖਰਾਬ ਕਰਦੇ ਨੇ ਤੇ ਸੰਤੋ ਸੰਤੋ ਕੰਮ ਬਣਾਉਂਦੀ ਹੈ। ਆਹੋ ਆਹੋ, ਜਿਵੇਂ ਤੇਰੇ ਬਿਨਾਂ ਤਾਂ ਸਾਡੇ ਕੰਮ ਹੀ ਨਹੀਂ ਹੁੰਦੇ, ਹੈ ਨਾ।
ਹੈਲੋ ਤੂੰ ਤੈਨੂੰ ਤਾਂ ਮੈਂ ਖਾ ਜਾਣਾ ਅੱਜ ਆਈ ਸਹੀ ਜ਼ਰਾ ਤੂੰ ਕਦੇ ਮੈਨੂੰ ਉਹ ਕੰਮ ਹੈ ਕਦੇ ਮੈਨੂੰ ਆਹ ਕੰਮ ਹੈ ਕਦੇ ਮੈਨੂੰ ਉਹ ਕੰਮ ਹੈ ਮੇਰੇ ਲਈ ਤਾਂ ਤੇਰੇ ਕੋਲ ਟਾਈਮ ਹੀ ਹੈ ਨਹੀਂ ਗਾ ਤੂੰ ਕੈਨੇਡਾ ਵਾਪਸ ਚਲਾ ਜਾ ਮੈਨੂੰ ਨਹੀਂ ਤੇਰੀ ਲੋੜ ਮੈਂ ਨਹੀਂ ਤੇਰੇ ਨਾਲ ਕੋਈ ਗੱਲ ਕਰਨੀ ਉਹ ਤੂੰ ਸਮਝਦੀ ਕਾਤੋਂ ਨਹੀਂ ਹੈਗੀ ਹੁਣ ਤੈਨੂੰ ਹਰ ਜਗ੍ਹਾ ਥੋੜਾ ਲਿਜਾ ਸਕਦਾ ਅੱਛਾ ਮੈਨੂੰ ਨਾਲ ਲਿਜਾ ਦੇ ਤੈਨੂੰ ਸ਼ਰਮ ਆਉਂਦੀ ਸੀ ਲੈ ਭਲਾ ਮੈਨੂੰ ਕਾਹਦੀ ਸ਼ਰਮ ਆਉਣੀ ਨਾਲੇ ਹਾਂ ਮੈਂ ਤੇਰੀਆਂ ਮੇਮਾਂ ਵਾਂਗੂ ਜੀਨਾ ਸ਼ੀਨਾ ਨਹੀਂ ਨਾ ਪਾਉਂਦੀ ਤਾਂ ਹੀ ਮੈਂ ਤਾਂ ਮੈਨੂੰ ਨਾਲ ਨਹੀਂ ਲੈ ਕੇ ਗਿਆ ਹੈਲੋ ਮੈਡਮ ਮੈਨੂੰ ਵੀ ਬੜੀਆਂ ਜੀਨਾ ਜੂਨਾ ਪਾਉਣ ਵਾਲੀ ਕੁੜੀਆਂ ਪਸੰਦ ਨਹੀਂ ਹੈਗੀਆਂ ਜਿੱਦਾਂ ਦੀ ਤੂੰ ਹੈਗੀ ਆ ਉਦਾਂ ਹੀ ਬੜੀ ਸੋਹਣੀ ਲੱਗਦੀ ਆ ਠੀਕ ਹੈ ਠੀਕ ਹੈ ਮੈਨੂੰ ਜ਼ਿਆਦਾ ਮੱਖਣ ਨਾ ਲਗਾ ਮੈਂ ਤੇਰੀਆਂ ਗੱਲਾਂ ਵਿੱਚ ਨਹੀਂ ਆਉਣ ਵਾਲੀ ਮੈਂ ਵਿਚਾਰੀ ਤਾਂ ਪਹਿਲਾਂ ਵੀ ਇਕੱਲੇ ਜ਼ਿੰਦਗੀ ਕੱਟਦੀ ਸੀ ਤੇ ਹੁਣ ਵੀ ਕੱਟ ਲਾਂਗੀ ਬਾਏ ਉਹ ਗੱਲ ਤਾਂ ਸੁਣ ਬਾਏ ਕੌਣ ਸਮਝਾਵੇ ਕੁੜੀ ਨੂੰ ਹੁਣ ਫੋਨ ਹੀ ਕੱਟਤਾ ਉੱਪਰੋਂ ਕੀ ਨਾ ਟੰਕੀ ਹੈ ਯਾਰ ਤੁਹਾਡੇ ਦੁਆਲੇ ਰਵੇ ਅਗਲਾ ਹੋਰ ਨਾ ਆਪਣੇ ਕੰਮ ਵੇਖੇ ਤੇ ਵੇਖੀ ਜਾਵੇ ਫੇਰ ਮੈਂ ਕਿਹੜਾ ਮਨਾ ਕੀਤਾ ਓਦਾਂ ਮੈਂ ਮਨਾ ਨਹੀਂ ਕੀਤਾ ਓਦਾਂ ਮੈਂ ਲੜੀ ਜਾਂਦੀ ਹਾਂ ਪ੍ਰੀਤ ਮੈਂ ਕੀ ਕਰਾਂ ਯਾਰ ਮੈਨੂੰ ਨਾਲ ਨਹੀਂ ਲੈ ਕੇ ਗਿਆ ਮੈਂ ਕਿਹਾ ਸੀ ਮੈਨੂੰ ਨਾਲ ਲੈ ਕੇ ਜਾਵੀ ਅੱਛਾ ਅੱਛਾ ਫਿਰ ਤੂੰ ਉਹਨੇ ਬਹੁਤ ਵੱਡੀ ਗਲਤੀ ਕੀਤੀ ਹੈ ਦੀਦੀ ਹਾਂ ਤੈਨੂੰ ਕਹਿੰਦਾ ਮੈਨੂੰ ਕੋਈ ਜ਼ਰੂਰੀ ਕੰਮ ਆ ਗਿਆ ਤੈਨੂੰ ਜਾਣਾ ਪੈਣਾ ਫਿਰ ਆ ਗਿਆ ਹੋਏਗਾ ਨਾ ਕੋਈ ਜ਼ਰੂਰੀ ਕੰਮ ਅੱਛਾ ਹੁਣ ਤੂੰ ਵੀ ਉਹਦੀ ਸਾਈਡ ਲੈ ਮੈਂ ਉਹਦੀ ਸਾਈਡ ਨਹੀਂ ਲੈ ਰਹੀ ਦੀਦੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੂੰ ਨਾ ਮੈਨੂੰ ਨਾ ਹੀ ਸਮਝਾ ਅੱਛਾ ਮੈਨੂੰ ਸਮਝਾਉਣ ਦੀ ਕੋਈ ਲੋੜ ਨਹੀਂ ਹੈ ਅੱਛਾ ਅੱਛਾ ਠੀਕ ਹੈ ਮਾਫ ਕਰੋ ਨਹੀਂ ਸਮਝਾਉਂਦੀ ਜਦੋਂ ਦਾ ਨਵਜੋਤ ਆਇਆ ਉਹਦੇ ਨਾਮ ਦੀ ਮਾਲਾ ਜਪਦੇ ਰਹਿੰਦੇ ਆ ਨਵਜੋਤ 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 ਆਪਣੀ ਪਿਆਰੀ ਜੀ ਮਾਸੂਮ ਜੀ ਭੈਣ ਨੂੰ ਤਾਂ ਤੁਸੀਂ ਭੁੱਲ ਹੀ ਗਏ ਹੋ ਦੀਦੀ ਹਾਏ ਰੱਬਾ ਮੇਰਾ ਪੁੱਤ ਮੇਰੀ ਗੁਲਾਬੋ ਮੇਰੀ ਚਮਚਮ ਗੁੱਸਾ ਕਰ ਗਿਆ ਸੋਰੀ ਸੋਰੀ ਤੈਨੂੰ ਪਤਾ ਨਾ ਜ਼ਿਆਦਾ ਉਹ ਪਾਗਲ ਆਇਆ ਨਾ ਮੇਰੇ ਵਿੱਚ ਬਚਪਨਾ ਆ ਗਿਆ ਮੈਂ ਕੀ ਕਰਾਂ ਸੋਰੀ ਅੱਛਾ ਇੱਦਾਂ ਦੇਖ ਮੈਂ ਤੇਰੇ ਨਾਲ ਵੀ ਕੋਈ ਜ਼ਰੂਰੀ ਗੱਲ ਕਰਨੀ ਆ ਟਾਈਮ ਨਹੀਂ ਹੈ ਮੇਰੇ ਕੋਲ ਚਲੋ ਹੁਣ ਮਾਫ ਵੀ ਕਰਦੇ ਯਾਰ ਕੋਈ ਰਿਐਕਸ਼ਨ ਨਹੀਂ ਹੁਣ ਬਖਸ਼ ਵੀ ਦੇ ਲੜਾਕੀਏ ਨਹੀਂ ਤੇ ਨਹੀਂ ਤੇ ਕੀ ਕੀ ਨਹੀਂ ਤੇ ਲੜਾਕੀ ਮੈਨੂੰ ਫੇਰ ਤੁਸੀਂ ਲੜਾਕੀ ਆ ਨਾ ਨਹੀਂ ਨਹੀਂ ਮੈਂ ਜਦੋਂ ਤੇਰਾ ਜੀ ਕੀਤਾ ਨਾ ਆ ਕੰਧ ਤੇ ਖੜੀ ਹੋ ਕੇ ਪਿੰਕੀ ਨੂੰ ਆਵਾਜ਼ ਮਾਰਿਆ ਕਰੀ ਨਹੀਂ ਪਿੰਕੀ ਪੁੱਤ ਕੀ ਹਾਲ ਆ ਤੇਰਾ ਤੇਰੀ ਸੱਸ ਤਾਂ ਨੀ ਤੇਰੇ ਨਾਲ ਲੜਦੀ ਨਾ ਭੂਆ ਨਾ ਮੇਰੀ ਪਿੰਕੀ ਨੇ ਬਗਾਨੀ ਹੋ ਜਾਣਾ ਉਹਨੇ ਆਪਣੇ ਘਰ ਬਾਰੇ ਸੋਚਣਾ ਉਹਦੀ ਆਪਣੀ ਦੁਨੀਆ ਹੋਣੀ ਹੈ ਧਰਮੀ ਬਾਪ ਨੇ ਡੋਲੀ ਪਾਇਆ ਉਹਨੇ ਆਪਣਾ ਫਰਜ਼ ਨਿਭਾਇਆ
ਤਨ ਬੇਗਾਨਾ।